भी आ गए यहाँ ते पूरा पूरा गाँव पा गए यहाँ पंजाबी रेडियो यूएसए ते खास से चारे पासे हाथ जोड़ के नमस्कार आदाब है सत श्री अकाल है मैं क्या सोने हो जी की हाल चाल है आ गया जी लेके आशे चारे पासे ओनली ऑन पंजाबी रेडियो यूएसए हरमन तू बड़ा शेर ला रही की गल कवाली मोड़ ते गई नहीं नहीं ताया मेनू अच्छा लगया गल्ला सोने ओ वालिया सो मैं ओही सुन रही सी भी ताया मतलब टीके दा असर सही जा रहा है मैं क्या मैं ते हूं नमी ना एक तकिया कलम बना रहा केड़ा सोने मखणो मलाई जे जूनियो की हाल चाल जे ताया ए सुमर जे हो जे तकिया कलम ते की माड़ा है देखो जी मलाइया ते मक्खन पुराने खाधे हुए अगे जिंदगी बचांदे ए भी गल सही है ए भी गल सही है मक्खन जो याद आया छड़ी अपनी डेयरी हुंदी सी बड़ी मतलब वड्डे लेवल दा प्लांट रहा साडा बाद च असी वेचता वाए ओ फिर कुछ नहीं फिर ओ वेच दित्ता आपां तो बाद जो वेरका वेरका हो गया ठीक है साडा पिंड वेरके दे कोली है ना अच्छा अच्छा ओथे ही सीगा आपां अपना खोली सी वेरका डेयरी हां ओ सानू कॉपी कर लिया उन्होंने वेरका मिल्क प्लांट ताया तैनू कदी किसे कष्ट दा सामना नहीं करना पया जिन्नियां तू गप्पां छड़दा है जिन्ने तू झूठ बोलदा है किसे भी कंपनी नू अपना दस देना है किसे भी चीज नू अपना दस देना है तू कदे किसे कानूनी अड़चन च पै सकदा है नहीं नहीं मैं दशका जो पैना कानूनी अड़चन दे विच है मैं ते कहया ही है नाले ਜਿਹੜੇ ਤੂੰ ਮੈਨੂੰ ਕਹਿੰਦੀ ਪਈ ਆ ਕਿ ਮੈਂ ਜੋ ਬੋਲਦਾ ਹੈਗਾ ਮੇਰੇ ਤੇ ਪਰਚੇ ਹੋ ਜੂਗੇ ਹਾਂ ਤਾਇਆ ਅੱਜ ਤੇ ਕਈਆਂ ਨੇ ਕਿਹਾ ਸੀਗਾ ਤੁਹਾਡੇ ਖਾਤੇ 'ਚ ਪਊ 15 ਲੱਖ ਹੈ ਨਾ ਡਾਲਰ ਤੇ ਰੁਪਏ ਦਾ ਭਾਅ ਇੱਕ ਬਰਾਬਰ ਹੋ ਜਾਏਗਾ ਹੈ ਨਾ ਉਹਨਾਂ ਦੇ ਪਰਚਾ ਹੋਇਆ ਨੀ ਕਿਹਾ ਸੀਗਾ ਡਾਲਰ ਤੇ ਰੁਪਈਆ ਇੱਕ ਬਰਾਬਰ ਕਰੂੰਗਾ ਜੋ ਮੈਨੂੰ ਹਾਲਾਤ ਦੱਸਦੇ ਪਏ ਸ਼ਰਮ ਦਾ ਤੇਲ ਦੇਸੀ ਕਿਉਂ ਇੱਕ ਬਰਾਬਰ ਹੁੰਦਾ ਲੱਗਦਾ ਤਾਇਆ ਪਰ ਗੱਲ ਇਹ ਹੈ ਕਿ ਜਿਨ੍ਹਾਂ ਨੇ ਸੀ ਸਰਕਾਰ ਕਿਨਾਂ ਦੀ ਹੈ ਚਲੋ ਭਾਵੇਂ ਜਿੰਨਾ ਜੀ ਵੀ ਹੈ ਪਰ ਕਾਨੂੰਨ ਤੇ ਸਭ ਲਈ ਇੱਕੋ ਜਿਹਾ ਹੁੰਦਾ ਹੈ ਹਾਏ ਹਾਏ ਸਭ ਕਹਿਣ ਦੀਆਂ ਗੱਲਾਂ ਨੇ ਬੜਾ ਕੁਝ ਬਦਲ ਰਿਹਾ ਹੈ ਉਹ ਤੇ ਹੈ ਬਹੁਤ ਕੁਝ ਬਦਲ ਰਿਹਾ ਹੈ ਬਾਕੀ ਖੈਰਾ ਸਾਹਿਬ ਵੀ ਦਿੱਲੀ ਪਹੁੰਚੇ ਨੇ ਹਾਂਜੀ ਉਹਦੇ ਬਾਰੇ ਵੀ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਕਹਿੰਦੇ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਸੱਦਾ ਤਾਂ ਆਇਆ ਹੋਇਆ ਹੈ ਅੱਛਾ ਕਹਿੰਦੇ ਉਹਨਾਂ ਦੇ ਪਹੀਏ ਪੈਂਚਰ ਹੋ ਗਏ ਗੱਡੀ ਦੇ ਕਿਉਂ ਪਹੀਏ ਪੈਂਚਰ ਹੋਣ ਤੇ ਦਿੱਲੀ ਚਾਹੀਦਾ ਨਹੀਂ ਉਹ ਪਹੁੰਚ ਕਿਉਂ ਨਹੀਂ ਪਏ ਜੇ ਛੱਡਾ ਆਇਆ ਹਾਏ ਹਾਏ ਬਾਈ ਜੂਨ ਨੂੰ ਸੱਦਿਆ ਹੁਣੇ ਕਿੱਥੇ ਜਾ ਕੇ ਬਹਿ ਜਾਣ ਬਾਈ ਜੂਨ ਛੱਡਿਆ ਹਾਂ ਪਹਿਲਾਂ ਤੂੰ ਖੈਰਾ ਸਾਹਿਬ ਦੀ ਗੱਲ ਪੂਰੀ ਕਰਤਾ ਆ ਫਿਰ ਬਾਕੀ ਗੱਲ ਕਰਦੇ ਖੈਰਾ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪਾਇਆ ਆਪ ਖੜੇ ਨੇ ਨਾਲ ਜਿਹੜੇ ਦੋ ਆਪਣੇ ਵੀਰ ਭਰਾ ਐਮਐਲਏ ਲੈ ਕੇ ਗਏ ਸੀਗੇ ਵਿੱਚ ਖੜੇ ਆ ਦੇਸ਼ ਦੇ ਯੁਵਰਾਜ ਹਾਂ ਅੱਛਾ ਰਾਹੁਲ ਗਾਂਧੀ ਹਾਂ ਬ੍ਰਾਊਨ ਕੇ ਪਤਾ ਨਹੀਂ ਪਰਪਲ ਜਿਹਾ ਕਲਰ ਦਾ ਮਾਸਕ ਪਾ ਕੇ ਹੈ ਨਾ ਤੇ ਨਾਲ ਖੈਰਾ ਸਾਹਿਬ ਮੈਂ ਖੜੇ ਆ ਜੋੜ ਕੇ ਹਾਂ ਐ ਕੁਝ ਦੱਸ ਰਹੇ ਆਪਣੇ ਵੱਲੋਂ ਪੌਜ ਮਾਰਿਆ ਕਿ ਜਿਵੇਂ ਮੈਂ ਕੋਈ ਸਟ੍ਰੈਟੇਜੀ ਜਿਹੜੀ ਹੈਗੀ ਐਕਸਪਲੇਨ ਕਰ ਰਿਹਾ ਕੋਈ ਗੱਲਬਾਤ ਕਰ ਰਿਹਾ ਮੈਂ ਬੇਸਿਕਲੀ ਉਹਦੇ ਬਿਆਨ ਤੋਂ ਉਹਦੀ ਕੈਪਸ਼ਨ ਤੋਂ ਇਹ ਲੱਗਦਾ ਪਿਆ ਹੈ ਕਿ ਮੇਰੀ ਕੈਪਸ਼ਨ ਓਨਲੀ ਫੋਰ ਕੈਪਟਨ ਕੈਪਸ਼ਨ ਤੇ ਕੈਪਟਨ ਦੇ ਸਪੈਲਿੰਗ ਆਲਮੋਸਟ ਲੱਗੇ ਚਾਗੇ ਹੁੰਦੇ ਆ ਤੇ ਉਹਨਾਂ ਦੀ ਕੈਪਸ਼ਨ ਤੇ ਉਹਨਾਂ ਦਾ ਪਿਆਰ ਕੈਪਟਨ ਦੇ ਬਾਰੇ ਉਹ ਵੀ ਆਲਮੋਸਟ ਸੇਮ ਸੇਮ ਮੈਨੂੰ ਲੱਗਾ ਗੱਲ ਤਾਂ ਸਹੀ ਹੈ ਤਾਇਆ ਤੇਰੀ ਇਹ ਤੋਂ ਸਾਫ ਲੱਗ ਗਿਆ ਪਤਾ ਕਿਉਂਕਿ ਇੱਕ ਪੱਤਰਕਾਰ ਨੇ ਖੈਰਾ ਸਾਹਿਬ ਦੀ ਇੰਟਰਵਿਊ ਕੀਤੀ ਸੀ ਤੇ ਪੁੱਛਿਆ ਸੀਗਾ ਅਬਾਊਟ ਨਵਜੋਤ ਸਿੰਘ ਸਿੱਧੂ ਤਾਂ ਉਹਨਾਂ ਨੇ ਅੱਗੋਂ ਕਿਹਾ ਕਿ ਮੈਂ ਤੇ ਬਥੇਰੇ ਕਾਲ ਕੀਤੇ ਸਿੱਧੂ ਮੇਰਾ ਫੋਨ ਨਹੀਂ ਚੱਕਦਾ ਉਤੋਂ ਖੈਰਾ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਦੇਖੋ ਮੈਂ ਹੱਥ ਫੜਿਆ ਕਿਉਂਕਿ ਉਹਨਾਂ ਨੇ ਮੇਰਾ ਹੱਥ ਫੜਿਆ ਮੈਂ ਹੱਥ ਫੜਨ ਤੇ ਮੇਰੇ ਤੇ ਜਿਹਨੇ ਪਰਚੇ ਚੱਲਦੇ ਪਏ ਮੇਰੇ ਤੇ ਜਿਹੜੇ ਵਕੀਲ ਹੈਗੇ ਨੇ ਫ੍ਰੀ ਚ ਕੇਸ ਲੜਦੇ ਆ ਜੇ ਕਿਤੇ ਮੈਂ ਫੀਸਾਂ ਦਿੰਦੇ ਵਾਂ ਮੇਰੇ ਜਾਜ ਵੇਖ ਜੇ ਹੈ ਤਾਂ ਪੋਲੀਟੀਕਲ ਬੰਦਿਆਂ ਦੀ ਵੀ ਵੇਖਦੀ ਵੇਖੀ ਕਦੇ ਵੈਸੇ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਓ ਕਹਿਣ ਨੂੰ ਤੇ ਪਾਰਟੀ ਵੀ ਆਮ ਹੈਗੀ ਇੱਕ ਹੈ ਨਾ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੁਹਾਡਾ ਆਪਣਾ ਪੰਜਾਬੀ ਰੇਡੀਓ ਯੂਐਸਏ ਧੜਕਦੇ ਦਿਲਾਂ ਦੇ ਨਾਲ ਨਾਲ ਅੱਛਾ ਮੈਂ ਜਿਹੜੀ ਗੱਲ ਕਰ ਰਹੀ ਸੀ ਉਧਰ ਸੋਨੀਆ ਗਾਂਧੀ ਹੋਰੀ ਕਹਿੰਦੇ ਕਲੇਸ਼ ਨਬੇੜ ਦੇਣਾ ਮੈਂ ਕਾਹਦਾ ਤੰਗ ਆ ਗਈਆਂ ਇਹ ਜਿਹੜਾ ਪੰਗਾ ਪੈ ਰਿਹਾ ਹੋਰ ਕੀ ਹੈ ਪਤਾ ਲੱਗੇ ਕਿ ਦੋਵਾਂ ਚੋਂ ਇੱਕ ਨੂੰ ਕਹਿਣਗੇ ਚਲੋ ਯੂ ਵਿਲ ਬੀ ਮਾਈ ਫਾਈਨਾਂਸ ਮਿਨਿਸਟਰ ਇਫ ਮਾਈ ਗਵਰਨਮੈਂਟ ਕਮ ਤਾਇਆ ਹੈ ਜ਼ਿਆਦਾ ਹੋ ਗਿਆ ਨਹੀਂ ਕੀ ਪਤਾ ਹਾਂ ਗੱਲ ਇਹ ਹੈ ਕਿ ਸੋਨੀਆ ਗਾਂਧੀ ਹੋਰਾਂ ਨੇ ਹੁਣ ਧਾਰ ਲਿਆ ਹੈ ਕਿ ਕਾਂਗਰਸ ਦਾ ਕਾਠੋ ਕਲੇਸ਼ ਮੈਂ ਮੁਕਾ ਕੇ ਰਹਿਣਾ ਔਰ ਇਹਦੇ ਮੱਦੇਨਜ਼ਰ ਹੀ ਹੁਣ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਹੋਰਾਂ ਸਮੇਤ ਕਈ ਵੱਡੇ ਜਿਹੜੇ ਨੇਤਾ ਨੇ ਉਹਨਾਂ ਨੂੰ ਦਿੱਲੀ ਸੱਦਿਆ ਤਲਬ ਕੀਤਾ ਸੋਨੀਆ ਗਾਂਧੀ ਹੋਰਾਂ ਨੇ ਕੀ ਲੱਗਦਾ ਹੈਗਾ ਕਿਹਦੇ ਫੇਵਰ ਚ ਫੈਸਲਾ ਜਾਊਗਾ ਦੇਖੋ ਗੱਲ ਇਹ ਹੈ ਵੀ ਮੈਨੂੰ ਲੱਗਦਾ ਸੋਨੀਆ ਗਾਂਧੀ ਹੋਰੀ ਕਹਿਣਗੇ ਅੱਛਾ ਗਲਤ ਤੂੰ ਵੀ ਨਹੀਂ ਹੈਗਾ ਤੇ ਗਲਤ ਤੂੰ ਵੀ ਨਹੀਂ ਹੈਗਾ ਤੇ ਠੀਕ ਇਹ ਵੀ ਹੈ ਮੈਂ ਮਤਲਬ ਤੇਰਾ 6 ਤੇ ਉਹਦਾ 9 ਹੈ
ਅੱਛਾ ਤੇ ਫਿਰ ਨਹੀਂ ਐਟ ਦੈਟ ਰਿਜ਼ਲਟ ਦੱਸੋ ਨਾ, ਇਹ ਤਾਂ ਸਾਨੂੰ ਵੀ ਪਤਾ ਰਿਜ਼ਲਟ ਕੀ ਹੈ। ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਚੋਣਾਂ ਆ ਰਹੀਆਂ ਨੇ। ਹਾਂ ਤੇ ਸਿੱਧੂ ਨੂੰ ਕਿੱਦਾਂ ਖੁਸ਼ ਕਰੋਗੇ? ਹੋ ਸਕਦਾ ਕੋਈ ਵੱਡਾ ਅਹੁਦਾ, ਇਹ ਕਿਹੜਾ ਵੱਡਾ ਅਹੁਦਾ ਦੇਣਾ ਮੈਨੂੰ ਪੁੱਛੇ ਰਾਜਪਾਲ ਲੈਣਾ? ਨਹੀਂ ਨਹੀਂ, ਮਤਲਬ ਹੋ ਸਕਦਾ ਉਪ ਮੁੱਖ ਮੰਤਰੀ ਬਣਾ ਦੇਣ। ਇੱਕ ਤੇ ਦੱਸ ਰਿਹਾ ਕੁਛ ਗਿਣਤੀ ਦੀ 8-9 ਦੀ ਸਰਕਾਰ ਰਹਿ ਗਈ ਹੈ, ਲੋਲੀਪੋਪ ਤੇ ਮੈਨੂੰ ਮਿਲੇ ਮੈਂ ਨਾ ਲਵਾਂ, ਉਹ ਕਿਉਂ ਲਊਗਾ ਮੈਨੂੰ ਸਮਝਾਓ। ਮੈਂ ਤੇ ਕਹਿੰਦਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਤਾ ਕੀ ਕਰਨਾ ਹੈ, ਕੀ ਭਾਵੇਂ ਗੱਲਾਂ ਗੱਲਾਂ ਚ ਕਹਿ ਦੇਣ ਪਲ ਬਰ ਕੇ ਲਈਏ ਕੋਈ ਹਮੇ ਪਿਆਰ ਕਰ ਲੈ ਝੂਠਾ ਹੀ ਸਹੀ ਐਵੇਂ ਵਰਜਾ ਕਹਿ ਦੇਣ। ਨਹੀਂ ਵਰਜਾ ਦੇਣ ਕਿ ਯੂ ਵਿਲ ਬੀ ਪੀਐਮ ਕੈਂਡੀਡੇਟ। ਤਾਇਆ ਥੋੜਾ ਸਹੀ ਬੋਲਿਆ ਕਰ ਤੂੰ, ਕਈ ਵਾਰ ਫਲੋ ਫਲੋ ਚ ਬਹੁਤ ਕੁਛ ਗਲਤ ਕਹਿ ਜਾਂਦਾ। ਨਹੀਂ ਮੇਰੇ ਕਹਿਣ ਦਾ ਮਤਲਬ ਕਿ ਵਰਜਾ ਰਹੀ ਹੈਗਾ, ਕਹਿ ਦਿਓ ਕਿ ਕੋਈ ਗੱਲ ਨਹੀਂ ਤੈਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਖੜਾ ਕਰ ਜਾਂਗੇ। ਤੇ ਜੇ ਕੈਪਟਨ ਸਾਹਿਬ ਬੁਰਾ ਮਨਾ ਕੇ ਫੇਰ ਉਹਨਾਂ ਨੇ, ਫਾਇਦਾ ਸਿੱਧੂ ਦਾ ਹੀ ਹੈ। ਉਹਨਾਂ ਨੇ ਕਹਿੰਦਾ ਨਹੀਂ ਮੈਂ ਖੜਾ ਹੋਊਗਾ ਮੁੱਖ ਮੰਤਰੀ ਸਿੱਧੂ, 10 ਮਹੀਨੇ ਜੀ ਸਿੱਧੂ ਗੱਲ ਖਤਮ ਹੇਂਗ ਲੱਗੇ ਨਾ ਫਿਰ। ਤਾਇਆ ਸਿਆਸਤਾਂ ਨੂੰ ਕੋਈ ਨਹੀਂ ਸਮਝ ਸਕਿਆ। ਨਹੀਂ ਨਹੀਂ ਨਹੀਂ, ਸਮਝਣ ਵਾਲੇ ਸਮਝ ਗਏ ਤੇ ਡਕਾਰ ਕੇ ਖਾ ਵੀ ਗਏ। ਇਹ ਵੀ ਗੱਲ ਸਹੀ ਹੈ, ਲੋਕੀ ਖਾ ਕੇ ਡਕਾਰਦੇ ਆ ਲੇਕਿਨ ਸ਼ਾਸਨ ਡਕਾਰ ਕੇ ਖਾਦੀ ਜਾਂਦੀ ਹੈ। ਨਾਲੇ ਟੇਢੀ ਖੀਰ ਹੈ, ਬਹੁਤ ਜ਼ਿਆਦਾ ਟੇਢੀ ਖੀਰ ਹੈਗੀ ਕਿ ਮੈਂ ਕਹਿੰਦਾ ਪੈਰ ਮੂੰਹ ਟਾ ਪੈ ਜਾਂਦਾ ਕਈ ਵਾਰੀ। ਹਾਂ ਤੇ ਤਾਇਆ ਮੈਂ ਸੁਣਿਆ ਤੂੰ ਵੀ ਇੱਕ ਦਿਨ ਖੀਰ ਬਣਾਈ। ਮੈਂ ਖੀਰ ਬਣਾਈ ਸੀਗੀ ਤੇ ਵਿੱਚ ਬਦਾਮ ਮੇਵੇ ਕਿਸ਼ਮਿਸ਼ ਕਾਜੂ ਸਭ ਸਪੈਸ਼ਲ ਮੈਂ ਕਸ਼ਮੀਰ ਤੋਂ ਮੰਗਾਇਆ। ਖੋਆ ਵੀ ਪਾਇਆ? ਲੈ ਮੈਂ ਕਿਹਾ ਜੀ ਪੈਸੇ ਦੀ ਕਮੀ ਥੋੜੀ ਹੈ ਮੇਰੇ। ਹਾਂ ਬਿਲਕੁਲ ਮੈਂ ਪਤਾ, ਪਤਾ ਅਸੀਂ ਤੇ ਮਤਲਬ ਜਿਵੇਂ ਕਿ ਖੁਦ ਸਾਡੀ ਖੋਏ ਦੀ ਫੈਕਟਰੀ ਰਹੀ ਹੈ ਨਾ, ਤੇ ਉਹਦਾ ਆਪਾਂ ਉਹ ਵੀ ਕੱਢਿਆ ਸੀਗਾ ਜਿੰਗਲ। ਕਿਹੜਾ ਜਿੰਗਲ ਪਤਾ ਕੀ ਹੁੰਦਾ ਕਿ ਜਿਵੇਂ ਉਹ ਵੀਰ ਕੇ ਦੱਸ ਕੇ ਦੁੱਧ ਵੇਰ ਕਾ ਬਿਲਕੁਲ ਛੋਟੀ ਖਲੀ ਹੋ ਜਾਵੇ ਵਿੱਚ ਪੰਜਾਬ ਦਾ ਅਸਲੀ ਦੁੱਧ। ਅਸੀਂ ਵੀ ਕੱਢਿਆ ਸੀ ਆਪਣੇ ਖੋਏ ਵਾਸਤੇ, ਖੋਇਆ ਖੋਇਆ ਚਾਂਦ ਖੁੱਲਾ ਆਸਮਾਨ, ਇਹ ਗਾਣਾ ਸੀ ਤਾਂ। ਨਹੀਂ ਅਸੀਂ ਜਿੰਗਲ ਬਣਾਇਆ ਨਾ ਕਿ ਖੁੱਲੇ ਖੋਏ ਖੁੱਲੇ ਖੁੱਲੇ ਆਸਮਾਨ ਚ ਆਪਾਂ ਖੋਇਆ ਖੋਇਆ ਇਕੱਠਾ ਕਰਦੇ ਹਾਂ ਤੇ ਚੰਦਰਮਾ ਖੁਦ ਦੇਖ ਰਿਹਾ ਹੁੰਦਾ, ਖੋਇਆ ਖੋਇਆ ਚਾਂਦ, ਚੰਦ ਦੇਖਦਾ ਉਹ ਲੈ ਖੋਇਆ, ਉਹ ਵੇਖ ਕੇ ਚੰਦ ਹੋਰ ਗੋਰਾ ਹੋ ਜਾਂਦਾ। ਕੁਛ ਵੀ ਮਤਲਬ ਦੇਖ ਬਈ ਗੱਲ। ਵੈਲਕਮ ਹੈ ਹਾਸ਼ੇ ਚਾਰੇ ਪਾਸੇ ਵਿੱਚ, ਚਾਹੇ ਸ਼ੌਂਕੀ ਨਾਲ ਹਰਮਨ ਬਣੀ ਹੋਈ ਹੈ, ਸਿਆਸਤ ਦੀ ਗੱਲਾਂ ਤੱਕ ਹੋਇਆ ਤੇ ਕੜਾ ਬਣਾਇਆ ਜਾ ਰਿਹਾ ਹੈਗਾ। ਤੇ ਆਪਾਂ ਹੁਣ ਕੋਈ ਹੋਰ ਗੱਲ ਕਰਨੀ ਕਿ ਆਹੀ ਕਰੀ ਜਾਣੀ ਹੈ? ਸ਼ੰਬਿਤ ਪਾਤਰਾ ਕਿੱਥੇ ਹਲ ਚਲੋ ਨਹੀਂ ਲੱਭਦਾ ਪਿਆ ਮੈਨੂੰ, ਤਾਂ ਸ਼ੁਕਰ ਆ ਨਹੀਂ ਲੱਭ ਰਿਹਾ। ਨਹੀਂ ਨਹੀਂ ਨਹੀਂ, ਮੈਨੂੰ ਪਤਾ ਕੀ ਹੈਗਾ, ਜਦ ਤੱਕ ਮੈਂ ਨਾ 10 ਦਿਨ ਬਾਅਦ ਤੋਤੇ ਦੀ ਆਵਾਜ਼ ਨਾ ਸੁਣਾ ਤਦ ਤੱਕ ਨਾ ਮੈਨੂੰ ਚੈਨ ਜਿਹਾ ਨਹੀਂ ਆਉਂਦਾ। ਕਿਵੇਂ ਤੋਤਾ ਹੀ ਹੈਗਾ, ਬੋਲਦਾ ਕਿਵੇਂ ਹੁੰਦਾ, ਬੋਲਦਾ ਕਿੱਦਾਂ ਹੁੰਦਾ? ਹਮ ਇਹ ਕਹਿਣਾ ਚਾਹਤੇ ਹੈ, ਹਮ ਵੋ ਕਹਿਣਾ ਚਾਹਤੇ ਹੈ, ਹੈ ਨਾ, ਸ਼੍ਰੀ ਮੋਦੀ ਜੀ ਨੇ ਇਹ ਕਰ ਦਿਆ, ਵੋ, ਪਤਾ ਨਹੀਂ ਮੈਨੂੰ ਲੱਗਦਾ ਪਿਆ ਉਹ ਉਹਨਾਂ ਨੇ ਬੇਸਿਕਲੀ ਨਾ ਸਪੀਕਰ ਰੱਖਿਆ ਹੋਇਆ ਪਿੱਛੋਂ ਦੀ ਕਤਾਰ ਲੈਂਦੇ ਹੈਗੇ ਤੇ ਖੜ 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 ਬੋਲੀ ਜਾਂਦਾ, ਮੈਨੂੰ ਸਮਝ ਨੀ ਆਉਂਦਾ ਤੇ ਰੱਖਿਆ ਕਿਉਂ ਹੋਇਆ, ਇਹਦੀ ਅਚੀਵਮੈਂਟ ਕੀ ਹੈ? ਬਾਕੀਆਂ ਦੀ ਅਚੀਵਮੈਂਟ ਦੇਖੀਆਂ ਉਹ ਤੇ ਬਹੁਤ ਚਾਹੀਆਂ ਨੇ, ਮਤਲਬ ਗੁਜਰਾਤ ਤੋਂ ਸ਼ੁਰੂ ਹੋ ਜਾਓ ਤੁਸੀਂ। ਉਹ ਚਲੋ ਮੈਂ ਕੀ ਹੀ ਬੋਲਾਂ ਉਹਦਾ, ਹੋਰ ਮੈਂ ਕਿਹਾ ਜੀ ਬੀਜੇਪੀ ਦੇ ਵਿੱਚ ਅਚੀਵਮੈਂਟ ਹੁੰਦੀ ਸੀ ਐਲ ਕੇ ਅਡਵਾਨੀ ਦੀ, ਆਏ ਹਾਏ, ਉਹ ਮੈਂ ਕਿਹਾ ਐਸੀ ਅਚੀਵਮੈਂਟ ਕੀਤੀਆਂ, ਐਸੀ ਅਚੀਵਮੈਂਟ ਕੀਤੀਆਂ ਬਿਨਾਂ ਮੰਗੇ ਪਦਮ ਸ਼੍ਰੀ ਦੇ ਕੇ ਉਹਨੂੰ ਸਾਈਡ ਤੇ ਬਿਠਾ ਦਿੱਤਾ। ਹਾਂਜੀ, ਮਤਲਬ ਕਿ ਬਹਿ ਜਾਓ, ਉਮਰ ਹੋ ਗਈ ਹੈ, ਉਮਰ ਹੋ ਗਈ ਹੈ ਨਾ। ਵਿਚਾਰਾ ਮੰਨੇ ਕਿਹਾ, ਕਹਿੰਦੇ ਨੇ ਕਿ ਕਿਸੇ ਨੂੰ ਨਾਰ ਨੀ ਮਿਲੀ ਤੇ ਕਿਸੇ ਨੂੰ ਸਰਕਾਰ ਨੀ ਮਿਲੀ, ਸਰਕਾਰ ਨੀ ਮਿਲੀ, ਉਹਨੇ ਪੂਰੀ ਜ਼ਿੰਦਗੀ ਇਸੇ ਪਾਸੇ ਕੱਢਦੀ ਹੈ ਕਿ ਹਮ ਵੀ ਕਦੇ ਪ੍ਰਧਾਨ ਮੰਤਰੀ ਬਣ। ਲਓ ਜੀ ਆ ਗਏ ਆ ਤੇ ਪੂਰਾ ਪੂਰਾ ਗਾਹ ਪਾ ਗਏ ਆ ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਕਿੰਨਾ ਜ਼ੋਰ ਲਾਉਣਾ ਤੂੰ ਦਿਮਾਗ ਤੇ? ਮੈਂ ਕਹਿੰਦਾ ਪਿਆ ਵਾ ਜ਼ੋਰ ਲਾਣਾ ਬਹੁਤ ਜ਼ਰੂਰੀ ਹੈ। ਹਾਂ, ਕਹਿੰਦੇ ਨੇ ਕਿ ਦੌਲਤ ਜਾਨ ਥੰਮ ਜਾਈਦਾ ਤੂਫਾਨ, ਇਹ ਗੱਲਾਂ ਫਿਲਮੀ ਹੁੰਦੀਆਂ ਨੇ, ਦਿਮਾਗ ਜ਼ੋਰ ਦਿਮਾਗ ਚ ਹੋਣਾ ਚਾਹੀਦਾ। ਅੱਛਾ, ਬਿਲਕੁਲ, ਤੇਰਾ ਦਿਮਾਗ ਤੇਜ਼ ਚੱਲਦਾ ਪਿਆ, ਤੁਸੀਂ ਹਾਥੀ ਢਾ ਸਕਦੇ ਹੋ। ਅੱਛਾ, ਤੇ ਜੇ ਦਿਮਾਗ ਨਹੀਂ ਚੱਲਦਾ ਤੇ ਤੁਸੀਂ ਹਾਥੀ ਤੇ ਯੋਗਾ ਕਰਦੇ ਹੋ, ਥੱਲੇ ਡਿੱਗ ਵੀ ਸਕਦੇ ਹੋ। ਹਾਂ, ਤੇ ਕਈ ਵਾਰ ਹਾਥੀ ਦੇ ਉੱਤੇ ਸਵਾਰ ਵੀ ਹੋ ਜਾਂਦੇ ਹੋ। ਆ ਜੇ ਹੋ ਜੇ ਵੇਖੋ ਨਾ, ਜੇ ਦਿਮਾਗ ਤੁਹਾਡਾ ਬਹੁਤਾ ਡੱਲ ਹੈ ਫਿਰ ਤੁਸੀਂ ਕੀ ਕਹਿੰਦੇ ਨੇ ਹਾਥੀ ਨੂੰ ਟੱਕੜੀ ਚ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਹਾਥੀ ਤੇ ਹਾਥੀ ਹੈ, ਹੈ ਨਾ, ਡੋਗੀ ਬਹੁ ਬਹੁ ਕਰਦੇ ਰਹਿੰਦੇ ਹਾਥੀ ਲੰਘ ਜਾਂਦੇ। ਹਾਂ, ਇਹ ਵੀ ਲੰਘ ਜਾਣਾ ਤੇ ਲੰਘਦੇ ਲੰਘਦੇ ਜਾਂਦੇ ਹਾਥੀ ਨੇ ਪਤਾ ਕੀ ਕਹਿਣਾ, ਮੈਨੂੰ ਵੀ ਬਿਠਾਓ ਪਾਣੀ ਵਾਲੀ ਬੱਸ ਵਿੱਚ। ਹੈ ਤਾਂ ਪਾਣੀ ਵਾਲੀ ਬੱਸ ਵਿੱਚ ਜੀ ਹਾਥੀ ਬਹਿ ਕੇ ਜਾਊਗਾ, ਨਜ਼ਾਰਾ ਆਊਗਾ, ਮਾਝੇ ਵਾਲੇ ਦੇਖਣਗੇ ਕਿਆ ਹੋ ਕੀ ਰਿਹਾ। ਮਾਝੇ ਵਾਲੇ ਤੇ ਐਡੇ ਹੁੰਦੇ ਆ ਕਹਿਣ ਲੱਗੇ ਸਿਆਣੇ, ਉਹਨਾਂ ਨੇ ਤੇ ਮੈਂ ਕਿਹਾ ਟਿਕਟ ਲਾ ਦੇਣੀ ਹੈ।
ਕੋਈ ਚੰਗਾ ਗਾਣਾ ਸੁਣਾ ਨਹੀਂ ਇਹ ਮਾੜਾ ਸੀਗਾ ਨਹੀਂ ਨਹੀਂ ਇਹ ਤਾਂ ਆਪ ਬਣਾਇਆ ਸੀ ਜਿਵੇਂ ਮੈਂ ਬੀਗੇ ਹੋਣ ਤੇ ਸੁਣਾਤਾ ਨਹੀਂ ਨਹੀਂ ਇਹ ਤਾਂ ਬਣਾ ਕੇ ਸੁਣਾਇਆ ਸੀ ਕੋਈ ਜਿਹੜਾ ਗਾਣਾ ਕਿਸੇ ਹੋਰ ਨੇ ਗਾਇਆ ਹੋਵੇ ਮੈਂ ਕੀ ਕਰਾਂ ਦੇਖੋ ਗਾਏ ਬਥੇਰੇ ਲੋਕਾਂ ਨੇ ਲੇਕਿਨ ਲਿਖੇ ਤੇ ਸਾਰੇ ਮੈਂ ਹੀ ਹਾਂ जिन्ना पुराना जाएंगी तेरी उम्र ओशा मैं काउंट करांगा मैं हुणे आला ही सुना देना तेनू बॉलीवुड वाला सुनावा हां सुना आपां इह करदे आ जोगन हो गई तेरी दुलारी मन जोगी संग लागा गाना मैं लिखा चलो मैं एक्सप्लेन कर दिया माए नी माए मुंडीर पटेरी ओ मुंडीरी मैं मुंडीर क्या जाने बटेरा पे बॉलीवुड वाले ना चेंज कर ले हां ये ना मतलब गाने दा ना कैंचिया मार मार के ना बेड़ा अगबा दंदे है माई नी माई मुंडीर पटेरी यानी के तेरे मुंडे हैगे मुंडीर पटेरी बोल रहा है कागा क्यों क्योंकि ना मैं कह पी के टैट हो गए डिगे हुए है ते मोड़े उते कहां बैठा ओ बार बार की कर रहा का मतलब के जड़ा कहला के तेरे ननान हैगी है ना दुलारी हुंदी ननान छोटी है ना फिर ननान जोगन क्यों हो गई है क्योंकि उन्हें देखा कि मेरे भतीजे तां पागल होए पए आ मेनू चेता आ गया अजकल बड़ी फैल रही है वीडियो जोगी तो चेता आया एक जोगी दी वीडियो आ भगवे कपड़े पाए हुए ने एक मुंडे ने उनु घेर लिया जदो ओदे सिर दे उपरो परना लवा के वेख्या थल्ले वाल कलर कराई फिरदा ओ कहंदे वे तू केड़ा जोगी होया मॉडर्न जोगी हां भी साइडां तो भी एकदम मैन सफा चेक वाल कीते होए सेंटर जी च वाल ओ भी एक पासे पीले एक पासे ओ लाल एक पासे ओ गोल्डन ए करके ते वाल तुरया फिरदा भाई देखो जी ए आम गल है जे तुसी जोगी है मैं देख रहा है एक ता बंदा कहना सी का हम तो फकीर आदमी है झोला उठा के चल देंगे जे ओ बंदा प्रधानमंत्री हो सकदा ते जोगी वाल कलर क्यों नहीं करा सकदे जोगी अच्छा जोगी वाल कराए तनु शैपा पेंडा है ते योगी शहर दे नाम बदले तुसी कुछ कहंदे नहीं हो आहो सचा तेनु एक होर गल दसनी सी ले दचो बढ़िया गल्ला जे तैयारियां ता बढ़िया बढ़िया मैं कहना पया देखो जो चीजा करदे करन दो ए देश हड़े पे हो जाए हां ताया ਹਾਂਜੀ ਇੰਡੀਆ ਜਾਣ ਦੀ ਗੱਲ ਤਾਂ ਮੈਂ ਕਹਿੰਦੀ ਵਿੱਚ ਹੀ ਰਹਿ ਗਈ ਪਰ ਆਪਣਾ ਇੱਥੋਂ ਜਾਣ ਦਾ ਟਾਈਮ ਹੋ ਗਿਆ ਉਹ ਲੈ ਮੈਂ ਧਿਆਨ ਹੀ ਨਹੀਂ ਮਾਰਿਆ ਹੈਗਾ ਬਾਹਰ ਮੇਰਾ ਰਕਸ਼ਾ ਵੀ ਖੜਾ ਰਕਸ਼ਾ ਰਿਕਸ਼ਾ ਕਿੱਟਾ ਮੈਂ ਇੱਥੇ ਵੀ ਮੈਂ ਮੰਗਾ ਲਿਆ ਮੈਂ ਕੀ ਕਿੱਟਾ ਦੇਖਦੇ ਮੇਰੇ ਪੈਸੇ ਦੀ ਕਮੀ ਤੇ ਸ਼ੌਂਕ ਦੀ ਕਮੀ ਮੇਰੀ ਹੈਗੀ ਨਹੀਂ ਮੈਂ ਆਪਣੀ ਜਿਹੜੀ ਜੇਬ ਨਾ ਹੈ ਵੇਖਿਆ ਇਹ ਤੇ 50 ਵਾਰੀ ਕਿਹਾ ਮੈਂ ਟੁੱਟਣਾ ਜਾਂ ਬੰਦ ਕਰਕੇ ਆਇਆ ਕਰ ਮੇਰੇ ਕੋਲ ਜਿਹੜੀ ਹੈਗੀ ਹੈ ਨਾ ਰੋਲਸ ਰੋਇਲ ਕੀ ਹੈ ਰੋਲਸ ਰੋਇਲ ਅੱਛਾ ਜਿਹੜਾ ਬਾਹਰ ਨਿਕਲ ਜਾਂਦਾ ਉਹਦਾ ਬੋਨਟ ਤੋਂ ਮੈਂ ਅੱਗੋਂ ਤੜਵਾ ਕੇ ਛੱਤ ਨੂੰ ਟੱਪ ਲਵਾ ਕੇ ਅੱਗੇ ਮਤਲਬ ਕਹਿੰਦਾ ਪੈਂਡਲ ਲਵਾ ਦਿੱਤਾ ਅੱਛਾ ਮਤਲਬ ਕਿ ਮੈਂ ਬੜਾ ਲਗਜ਼ਰੀ ਰਕਸ਼ਾ ਬਣਵਾਇਆ ਆਪਣੇ ਵਾਸਤੇ ਹੁਣ ਆਪਾਂ ਚੱਲੀਏ ਹਾਂ ਉਹ ਤੈਨੂੰ ਵੀ ਝੂਟਾ ਜਵਾਨਾ ਮੈਂ ਓਕੇ ਚਲੋ ਠੀਕ ਹੈ ਨਾ ਹਾਂ ਉਹ ਚ ਮੈਂ ਤੈਨੂੰ ਨਾਲ ਕੀ ਕਹਿੰਦੇ ਨੇ ਕਿ ਉਹ ਨੋਨ ਅਲਕੋਹਲਿਕ ਬੀਅਰ ਵੀ ਪੀਵਾਂਗਾ ਇਹ ਕਿਹੜੀ ਬੀਅਰ ਹੈ ਮੈਂ ਨਹੀਂ ਪੀਂਦੀ ਬੋਲੀ ਇਹ ਆ ਗਈ ਹੈ ਮਤਲਬ ਕਹਿ ਲੋ ਕਿ ਬੱਚਿਆਂ ਨੂੰ ਬਚਾਉਣ ਵਾਸਤੇ ਨਹੀਂ ਤਾਇਆ ਮੈਂ ਵੈਸੇ ਕੱਲੀ ਕੋਲਡ ਡਰਿੰਕ ਪੀ ਲੂੰਗੀ ਹਾਂ ਠੀਕ ਹੈ ਜੈ ਨਹੀਂ ਪੀਂਦੇ ਰਿਓ ਹਾਂ ਲੱਸੀ ਲੁਸੀ ਨਾ ਪੀਓ ਕਦੇ ਤੂੰ ਤਾਂ ਕਿਤੇ ਮੈਨੂੰ ਲੱਸੀ ਪਿਆਉਣ ਲੱਗਾ ਸੀ ਹਾਂ ਲੱਸੀ ਪਿਆ ਦਿੰਦੇ ਆ ਚੱਲ ਲੱਸੀ ਪੀ ਲੈ ਚਲ ਲੱਸੀ ਪੀਨੇ ਆ ਹੈ ਨਾ ਚਲੋ ਬਾਏ ਬਾਏ ਕੱਲ ਮਿਲਦੇ ਆ ਆਪ ਜਾ